ਕੁਰਾਲੀ ਨੇੜੇ ਪੈਂਦੇ ਟੋਲ ਪਲਾਜ਼ਾ ਬੜੋਦੀ ਵਿਖੇ ਥਾਣਾ ਪੁਲਿਸ ਕੁਰਾਲੀ ਵੱਲੋਂ ਚੰਡੀਗੜ੍ਹ ਤੋਂ ਆ ਰਹੇ ਵਾਹਨਾਂ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਗਈ। ਹਰ ਪ੍ਰਕਾਰ ਦੀਆਂ ਆਉਣ ਵਾਲੀਆਂ ਗੱਡੀਆਂ ਦੀ ਪੁਲਿਸ ਵੱਲੋਂ ਤਸੱਲੀ ਬਖਸ਼ ਚੈਕਿੰਗ ਕਰਨ ਪਿੱਛੋਂ ਹੀ ਲੰਘਾਇਆ ਜਾਂਦਾ ਸੀ। ਆਓ SHO ਸਰਦਾਰ ਮਲਕੀਤ ਸਿੰਘ ਤੋਂ ਜਾਣਕਾਰੀ ਲੈਣ ਲਈ ਬਣੇ ਰਹੋ ਸਾਡੇ ਏਤੀਮਾਨ ਚੈਨਲ ਦੇ ਨਾਲ। ਹਾਂਜੀ ਸਰ, ਅੱਜ ਭਾਰੀ ਤਾਦਾਦ 'ਚ ਪੁਲਿਸ ਪ੍ਰਸ਼ਾਸਨ ਲਾਇਆ ਚੈਕਿੰਗ ਕਰ ਰਿਹਾ, ਕੀ ਪਤਾ ਲੱਗਿਆ? ਉੱਚ ਅਧਿਕਾਰੀ ਸਾਹਿਬਾਨ ਵੱਲੋਂ ਹੁਕਮ ਆਇਆ, ਅਸੀਂ ਹਰ ਰੋਜ਼ ਨਾਕਾਬੰਦੀ ਕਰਦੇ ਹਾਂ ਵੱਖ ਵੱਖ ਥਾਵਾਂ 'ਤੇ। ਅੱਜ ਅਸੀਂ ਜਿਹੜਾ ਨਾਕਾਬੰਦੀ ਦਾ ਪੁਆਇੰਟ ਇਹ ਟੋਲ ਬੈਰੀਅਰ ਬੜੌਦੀ ਨੂੰ ਚੁਣਿਆ। ਹਰ ਤਰ੍ਹਾਂ ਦੇ ਵਹੀਕਲਾਂ ਦੀ, ਲਾਈਟ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਫਿਜ਼ੀਕਲ ਚੈਕਿੰਗ ਕੀਤੀ ਜਾ ਰਹੀ ਹੈ, ਅਤੇ ਕੋਵਿਡ ਦਾ ਵੀ ਦੇਖ ਰਹੇ ਹਾਂ ਵੀ ਕੋਈ ਕੋਵਿਡ ਦੇ ਜਿਹੜੀ ਆ ਉਹਦੀ ਉਲੰਘਣਾ ਤਾਂ ਨਹੀਂ ਕਰ ਰਿਹਾ ਪ੍ਰੋਟੋਕੋਲਸ ਦੀ, ਬਸ ਇਹੀ ਆ। ਜੋ ਕਰਫਿਊ ਬਾਰੇ ਗੱਲਬਾਤ, ਉਸ ਬਾਰੇ ਕੀ ਚੈਕਿੰਗ ਹੈ? ਕਰਫਿਊ ਰਾਤ ਦੇ 10 ਵਜੇ ਤੋਂ ਸ਼ੁਰੂ ਹੋਣਾ, ਉਸ ਦੀ ਇੰਪਲੀਮੈਂਟੇਸ਼ਨ ਲਈ ਰਾਤ ਨੂੰ ਕਾਰਵਾਈ ਕੀਤੀ ਜਾਏਗੀ। ਰਾਤ ਸਮੇਂ ਗਸ਼ਤ ਤੇ ਪੈਟਰੋਲਿੰਗ ਤੇ ਨਾਕਾਬੰਦੀ ਕੀਤੀ ਜਾਏਗੀ। ਫਿਲਹਾਲ 10 ਵਜੇ ਤੱਕ ਤਾਂ ਆਮ ਆਵਾਜਾਈ ਹੈ। ਆਪਣੇ ਜਨਤਾ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ, ਖਾਸ ਕਰ ਕਿਉਂਕਿ ਇਲੈਕਸ਼ਨ ਆ ਰਹੀ ਹੈ, ਇਲੈਕਸ਼ਨ ਦੇ ਮੱਦੇਨਜ਼ਰ ਤੇ ਜੋ ਓਮੀਕ੍ਰੋਨ ਦਾ ਜੋ ਖਾਸਾ ਇਸ ਬਾਰੇ? ਵੱਧ ਤੋਂ ਵੱਧ ਸੁਰੱਖਿਅਤ ਰਹਿਣ ਲਈ ਪਬਲਿਕ ਨੂੰ ਚਾਹੀਦਾ ਉਹ ਪ੍ਰੋਟੋਕੋਲ ਦੀ ਪੂਰੀ ਪਾਲਣਾ ਕਰੇ, ਜੋ ਹਦਾਇਤਾਂ ਸਿਹਤ ਵਿਭਾਗ ਦੇ ਰਿਹਾ ਉਹਨਾਂ ਦੀ ਪਾਲਣਾ ਕਰੇ। ਅਸੀਂ ਵੀ ਕਰੀਏ, ਲੋਕਾਂ ਤੋਂ ਵੀ ਕਰਾਈਏ, ਜਿੰਨਾ ਹੋ ਸਕਦਾ ਜਿੰਨੀ ਅਸੀਂ ਦੂਰੀ ਬਣਾ ਕੇ ਰੱਖਾਂਗੇ ਉਨਾ ਅਸੀਂ ਇਸ ਨੂੰ ਕਰੋਨਾ ਤੋਂ ਵੀ ਬਚਾ ਰੱਖਾਂਗੇ। ਪਲੱਸ ਕਰਫਿਊ ਦਾ ਤਾਂ ਰਾਤ ਨੂੰ ਹਰ ਹਾਲਤ ਦੇ ਵਿੱਚ ਪਾਲਣਾ ਕੀਤੀ ਜਾਵੇ, ਮੈਂ ਤਾਂ ਇਹੀ ਅਪੀਲ ਕਰੂੰਗਾ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਏਤੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ।